ਸਸਿਕਲ ਜੀ ਅੱਜ ਆਪਾਂ ਗੱਲ ਕਰਦੇ ਆਂ ਸੈਕੰਡ ਪੇਪਰ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਸ਼ੇਖ ਫਰੀਦ ਜੀ ਦਾ ਸ਼ੇਖ ਫਰੀਦ ਜੀ ਦਾ ਜਿਹੜਾ ਸਟਿੱਕ ਹੈ ਸਭ ਤੋਂ ਪਹਿਲਾਂ ਤਾਂ ਉਹ ਇੱਕ ਬੇਸਿਕ ਬੁੱਕ ਹੈ ਜਿਹੜੀ ਕਿ ਸਾਨੂੰ ਪੜ ਲੈਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਉਹ ਕਿਤਾਬ ਪੜ ਲਈ ਨਾ ਤੁਹਾਨੂੰ ਹੋਰ ਕੋਈ ਵੀ ਇਧਰੋਂ ਉਧਰੋਂ ਕੋਈ ਵੀ ਰਿਸਰਚ ਪੇਪਰ ਜਾਂ ਕੋਈ ਵੀ ਰਿਸਰਚ ਵਰਕ ਹੈ ਜਿਹੜਾ ਉਹ ਪੜਨ ਦੀ ਲੋੜ ਨਹੀਂ ਰਹਿਣੀ ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਬੇਸਿਕ ਬੁੱਕ ਹੀ ਪੜ ਲਈ ਔਰ ਦੂਸਰੀ ਚੀਜ਼ ਇਹ ਹੈ ਕਿ ਸ਼ੇਖ ਫਰੀਦ ਜੀ ਹੋਗੇ ਜਾਂ ਗੁਰੂ ਨਾਨਕ ਸਾਹਿਬ ਇਹਨਾਂ ਤੇ ਬਹੁਤ ਜ਼ਿਆਦਾ ਅੱਜ ਤੇ ਕੋਈ ਵੀ ਕਿਤਾਬ ਆ ਜਿਹੜੀ ਉਹ ਕਦੇ ਪੂਰੀ ਨਹੀਂ ਪਾਈਗੀ ਤੁਹਾਨੂੰ ਕਦੇ ਵੀ ਤੁਹਾਡਾ ਪੂਰਾ ਕੰਮ ਨਹੀਂ ਕਰ ਸਕੇਗੀ ਔਰ ਜੇ ਤੁਸੀਂ ਉਹ ਬੇਸਿਕ ਬੁੱਕ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੀ ਬਾਣੀ ਪੜ ਲਈ ਔਰ ਸਟੀਕ ਮਤਲਬ ਅਰਥਾਂ ਸਮੇਤ ਪੜ ਲਈ ਤਾਂ ਉਹਨੇ ਤੁਹਾਨੂੰ ਸਭ ਕੁਝ ਤੋਂ ਪਰੇ ਕਰਕੇ ਤੁਹਾਡੇ ਜਿਹੜੇ ਬੇਸਿਕ ਕਨਸੈਪਟਸ ਨੇ ਉਹ ਕਲੀਅਰ ਕਰ ਦੇਣੇ ਆ ਤਾਂ ਕੰਮ ਨੂੰ ਸੌਖਾ ਕਰੀਦਾ ਹੁੰਦਾ ਜਦੋਂ ਵੀ ਆਪਾਂ ਯੂਪੀਐਸਸੀ ਦੀ ਤਿਆਰੀ ਕਰਦੇ ਆ ਦੂਸਰਾ ਪੁਆਇੰਟ ਇਹਦੇ ਵਿੱਚ ਇਹ ਆਉਂਦਾ ਕਿ ਜਿਹੜੀ ਉਹ ਗੁਰਬਾਣੀ ਹੈਗੀ ਹੈ ਸ਼ੇਖ ਫਰੀਦ ਜੀ ਦੀ ਜਿਹੜੀ ਬਾਣੀ ਹੈ ਆਦ ਗ੍ਰੰਥ ਦੇ ਵਿੱਚ ਦਰਜ ਉਹਦੇ ਵਿੱਚ 130 ਸ਼ਲੋਕ ਨੇ ਜਦੋਂ ਤੁਸੀਂ ਉਹਨਾਂ ਨੂੰ ਪੜ੍ਹ ਲਓਗੇ ਤਾਂ ਸ਼ੇਖ ਫਰੀਦ ਦੀ ਫਿਲਾਸਫੀ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਉਹਨਾਂ ਦੇ ਵਿਚਾਰਧਾਰਾ ਕੀ ਹੈ ਅਗਲਾ ਪੁਆਇੰਟ ਆਉਂਦਾ ਸਾਡਾ ਟੋਟਲੀ ਪੇਪਰ ਦੇ ਆਧਾਰ ਤੇ ਕਿ ਪੇਪਰ ਦੇ ਵਿੱਚ ਕਿਦਾਂ ਦੇ ਕੁਐਸਚਨ ਆਮ ਤੌਰ ਤੇ ਫਰੀਦ ਦੀ ਬਾਣੀ ਚੋਂ ਆ ਜਾਂਦੇ ਆ ਪੇਪਰ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋਗੇ ਕੁਐਸਚਨ ਦੀ ਵਰਡਿੰਗ ਹੈ ਨਾ ਭਾਵੇਂ ਉਹ ਸਿੰਪਲ ਆ ਭਾਵੇਂ ਕੰਪਲਿਕੇਟਡ ਹੋਵੇ ਕਈ ਵਾਰੀ ਕੁਐਸਚਨਸ ਇਦਾਂ ਦੇ ਵੀ ਆਏ ਹੋਏ ਆ ਜਿਨ੍ਹਾਂ ਦੇ ਵਿੱਚ ਬੜੀ ਸ਼ਬਦਾਵਲੀ ਹੈ ਨਾ ਜਿਹੜੀ ਬੜੀ ਉਲਝਾਵੇਂ ਦੇ ਰੂਪ ਦੇ ਵਿੱਚ ਪਾਈ ਹੁੰਦੀ ਹੈ ਤੇ ਉਹਨੂੰ ਥੋੜਾ ਜਿਹਾ ਸਮਝਣਾ ਹੁੰਦਾ ਹੈ ਬਸ ਉਹ ਬੜੇ ਸੌਖੇ ਤਰੀਕੇ ਦੇ ਨਾਲ ਉਹ ਹੋ ਜਾਂਦੇ ਆ ਕੁਐਸਚਨਸ ਐਡੀ ਗੱਲ ਨਹੀਂ ਹੁੰਦੀ ਕੋਈ ਜੇ ਆਪਾਂ ਸਟੀਕ ਨੂੰ ਚੰਗੀ ਤਰ੍ਹਾਂ ਕੀਤਾ ਹੋਇਆ ਜਿਵੇਂ ਅਸੀਂ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕਰਦੇ ਆ ਸ਼ੇਕਪੀਅਰ ਤਾਂ ਉਹ ਸਟੀਕ ਤੇ ਹੀ ਅਸੀਂ ਤਿੰਨ ਚਾਰ ਦਿਨ ਸਾਡੇ ਲੱਗਦੇ ਆ ਤਿੰਨ ਤਿੰਨ ਘੰਟੇ ਦੀ ਕਲਾਸ ਦੇ ਵਿੱਚ ਤਾਂ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਫਿਰ ਆਪਾਂ ਅਗਲੀ ਹੁਣ ਗੱਲ ਕਰਦੇ ਹਾਂ ਕਿ ਪੇਪਰ ਦੇ ਵਿੱਚ ਕੁਐਸਚਨ ਨੇ ਜਿਹੜੇ ਉਹਨਾਂ ਦੀ ਨੇਚਰ ਕਿੱਦਾਂ ਹੁੰਦੀ ਹੈ ਕਿਹੜੇ-ਕਿਹੜੇ ਟੌਪਿਕਸ ਨੇ ਕਿਹੜੇ ਉਹ ਕਨਸੈਪਟਸ ਨੇ ਜਿਨ੍ਹਾਂ ਦੇ ਬੇਸ ਤੇ ਕੁਐਸਚਨਸ ਆ ਜਾਂਦੇ ਆ ਫਰੀਦ ਜੀ ਦੀ ਬਾਣੀ ਚੋਂ ਉਹਦੇ ਵਿੱਚ ਜਿਵੇਂ ਟੌਪਿਕਸ ਆ ਜਾਂਦੇ ਆ ਸਾਡੇ ਕੋਲੇ ਇੱਕ ਤਾਂ ਫਰੀਦ ਜੀ ਨੇ ਨੈਤਿਕਤਾ ਤੇ ਬਹੁਤ ਜ਼ੋਰ ਦਿੱਤਾ ਹੋਇਆ ਸਵੈ ਕਾਬੂ ਤੇ ਬਹੁਤ ਜ਼ੋਰ ਦਿੱਤਾ ਹੋਇਆ ਠੀਕ ਹੈ ਜੀ ਮੁਰਸ਼ਿਦ ਦੀ ਲੋੜ ਤੇ ਜ਼ੋਰ ਦਿੱਤਾ ਹੋਇਆ ਦਰਦ ਅਵਸਥਾ ਤੇ ਜ਼ੋਰ ਦਿੱਤਾ ਹੋਇਆ ਠੀਕ ਹੈ ਔਰ ਮਨੁੱਖ ਨੂੰ ਇਸ ਸੰਸਾਰ ਤੋਂ ਨਿਰਲੇਪ ਹੋ ਕੇ ਮਾਨਸਿਕ ਤੌਰ ਤੇ ਨਿਰਲੇਪ ਹੋ ਕੇ ਚੱਲਣ ਤੇ ਜ਼ੋਰ ਦਿੱਤਾ ਹੋਇਆ। ਸੋ ਮੁਢਲੇ ਤੌਰ ਤੇ ਇਹ ਕੁਝ ਕੁ ਕਨਸੈਪਟਸ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਫਰੀਜ ਦੀ ਬਾਣੀ ਨੂੰ ਪੜ੍ਹਨਾ ਹੈਗਾ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋਗੇ ਜਿਵੇਂ ਜਿਵੇਂ ਤੁਸੀਂ ਸ਼ਲੋਕ ਪੜ੍ਹਦੇ ਜਾਓਗੇ ਤੁਹਾਡੇ ਸਾਹਮਣੇ ਨਾ ਉਹ ਚੀਜ਼ਾਂ ਉਵੇਂ ਹੀ ਆਉਂਦੀਆਂ ਜਾਂਦੀਆਂ ਕਿ ਹਾਂ ਇਹ ਜਿਹੜਾ ਸਵੈ ਕਾਬੂ ਤੇ ਜੇ ਗੱਲ ਹੈ ਤਾਂ ਇਹਨਾਂ ਨਾਲ ਸ਼ਲੋਕਾਂ ਦੇ ਵਿੱਚੋਂ ਅਸੀਂ ਉਹਨੂੰ ਇੰਟਰਪ੍ਰੀਟ ਕਰ ਸਕਦੇ ਹਾਂ ਕੱਢ ਸਕਦੇ ਹਾਂ ਆਪਣਾ ਆਨਸਰ। ਜੋ ਹੋ ਹੋ ਹੈਗਾ ਤੁਹਾਡਾ ਨੈਤਿਕਤਾ ਤੇ ਤਾਂ ਉਦਾਂ ਦੇ ਤੁਹਾਨੂੰ ਬੜੇ ਸ਼ਲੋਕ ਮਿਲ ਜਾਣਗੇ ਔਰ ਅਗਲੀ ਚੀਜ਼ ਜਿਹੜੀ ਫਰੀਜੀ ਦੀ ਭਾਸ਼ਾ ਉਹਦੇ ਵਿੱਚ ਇੱਕ ਦੋ ਚੀਜ਼ਾਂ ਖਾਸ ਨੇ ਇੱਕ ਤਾਂ ਇਹ ਹੈ ਕਿ ਵਿਰੋਧੀ ਜੁੱਟ ਬਹੁਤ ਬਣਾਏ ਹੋਏ ਆ ਫਰੀਜੀ ਦੀ ਬਾਣੀ ਦੇ ਵਿੱਚ ਜਿਵੇਂ ਅਸੀਂ ਕਹਿੰਨੇ ਆ ਸੁਹਾਗਣ ਤੁਹਾਗਣ ਦਿਨ ਰਾਤ ਜ਼ਿੰਦਗੀ ਮੌਤ ਸਰੋਵਰ ਛੱਪੜ ਇਸ ਤਰੀਕੇ ਦੇ ਨਾਲ ਸੋ ਇਦਾਂ ਦੇ ਵਿਰੋਧੀ ਜੁੱਟ ਬੜੇ ਬਣਾਏ ਹੋਏ ਆ ਉਹ ਬਹੁਤ ਇੱਕ ਖਾਸ ਚੀਜ਼ ਹੈਗੀ ਆ ਜਿਹੜੀ ਫਰੀਜੀ ਦੀ ਭਾਸ਼ਾ ਦੇ ਵਿੱਚ ਦੂਸਰੀ ਹੈ ਕਿ ਬੜੀਆਂ ਉਦਾਹਰਨਾ ਆਲੇ ਦੁਆਲੇ ਦੇ ਵਿੱਚੋਂ ਆਮ ਲੋਕਾਂ ਦੀ ਜਿਹੜੀ ਰੋਜ਼ਮਰਗੀ ਦੀ ਜ਼ਿੰਦਗੀ ਹੈ ਨਾ ਉਹਦੇ ਵਿੱਚੋਂ ਬੜੀਆਂ ਉਦਾਹਰਨਾ ਲੈ ਕੇ ਫਰੀਦ ਜੀ ਨੇ ਗੱਲ ਕੀਤੀ ਹੋਈ ਹੈ ਤਾਂ ਉਹ ਬਹੁਤ ਜ਼ਰੂਰੀ ਹੈ ਇਦਾਂ ਦੀਆਂ ਚੀਜ਼ਾਂ ਇਹਨਾਂ ਨੂੰ ਧਿਆਨ ਚ ਰੱਖੋ ਕਿਉਂਕਿ ਕਈ ਵਾਰੀ ਜਿਵੇਂ ਕਾਵਕਲਾ ਤੇ ਕੁਐਸਚਨ ਆ ਜਾਂਦਾ ਜਾਂ ਉਹਨਾਂ ਦੀ ਸ਼ਬਦਾਵਲੀ ਤੇ ਕੁਐਸਚਨ ਆ ਜਾਂਦਾ ਤਾਂ ਉਹ ਵੀ ਤੁਸੀਂ अटेम्प्ट ਕਰ ਸਕੋ ਸਹੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਸੋ ਥੈਂਕ ਯੂ ਸੋ ਮੱਚ ਆਲ دی ਵੈਰੀ ਬੈਸਟ